ਅੱਜ ਪੰਜ ਜਾਨਵਰ ਫੜੇ ਸੀ, ਇੱਕ ਕੋਮਨ ਕਰੇਟ, ਦੋ ਰਸਲ ਵਾਈਪਰ, ਦੋ ਹੈਗੇ ਸਪੈਕਟੀਕਲ ਕੋਬਰਾ, ਇੱਕ ਰੈਡ ਸਨੇਕ, ਅਤੇ ਇੱਕ ਹੈਗੀ ਆ ਮੋਨੀਟਰ ਲਿਜ਼ਰਡ। ਆਓ ਇਹਨੂੰ ਕੱਢੀਏ। ਆ ਲਿਜ਼ਰਡ ਆ, ਸਪੈਕਟੀਕਲ ਕੋਬਰਾ। ਆਪਣੇ ਭਾਰਤ ਦਾ ਸਭ ਤੋਂ ਜ਼ਹਿਰੀਲਾ ਸੱਪ ਕੋਮਨ ਕਰੇਟ, ਦਿਨ ਦੇ ਟਾਈਮ ਬਿਲਕੁਲ ਸ਼ਾਂਤ ਰਹਿੰਦਾ ਵਾ। ਲਾਸਟ ਰੈਡ ਸਨੇਕ, ਜਿਹਨੂੰ ਡੱਡੂ ਖਾਣਾ ਕਹਿੰਦੇ ਆ, ਇਹ 'ਚ ਬਿਲਕੁਲ ਵੀ ਜ਼ਹਿਰ ਨਹੀਂ ਹੁੰਦੀ। ਚਲੋ ਵੀਡੀਓ ਸਹੀ ਨਹੀਂ ਬਣੀ।